ਤੁਹਾਡਾ ਇਲੈਕਟ੍ਰੀਕਲ ਮਾਈਂਡ ਮੇਕਰ ਯੂਟਿਊਬ ਚੈਨਲ 'ਤੇ ਸਵਾਗਤ ਹੈ। ਸਾਡਾ ਅੱਜ ਦੀ ਵੀਡੀਓ ਦਾ ਟੌਪਿਕ ਹੈ ਇੰਡੀਅਨ ਇਲੈਕਟ੍ਰੀਸਿਟੀ ਰੂਲ, ਯਾਨੀ ਕਿ ਭਾਰਤੀ ਬਿਜਲੀ ਨਿਯਮਾਂ ਅਨੁਸਾਰ ਵੋਲਟੇਜ ਦਾ ਜਿਹੜਾ ਲੈਵਲ ਆ ਉਸਨੂੰ ਅਲੱਗ ਅਲੱਗ ਕੈਟਾਗਰੀ ਦੇ ਵਿੱਚ ਵੰਡਿਆ ਗਿਆ, ਜਿਵੇਂ ਕਿ ਚਾਹੇ ਨੋਰਮਲ ਵੋਲਟੇਜ ਹੈ ਜਾਂ ਡਿਸਟ੍ਰੀਬਿਊਸ਼ਨ ਹੈ ਔਰ ਟਰਾਂਸਮਿਸ਼ਨ ਹੈ, ਉਹਨਾਂ ਨੂੰ ਅਲੱਗ ਅਲੱਗ ਕੈਟਾਗਰੀ ਦੇ ਵਿੱਚ ਵੰਡਿਆ ਗਿਆ। ਸੋ ਅੱਜ ਦਾ ਕੁਐਸਚਨ ਨੰਬਰ 226 ਨੰਬਰ ਦੇ ਵਿੱਚ ਅਸੀਂ ਜਾਣਾਂਗੇ ਕਿ ਇੰਡੀਅਨ ਇਲੈਕਟ੍ਰੀਸਿਟੀ ਰੂਲ ਦੇ ਅਨੁਸਾਰ ਵੋਲਟੇਜ ਕਿਵੇਂ ਵੰਡੀ ਹੋਈ ਹੈ, ਜਿਵੇਂ ਕਿ ਲੋਅ ਵੋਲਟੇਜ, ਮੀਡੀਅਮ ਵੋਲਟੇਜ, ਹਾਈ ਵੋਲਟੇਜ ਔਰ ਐਕਸਟਰਾ ਹਾਈ ਵੋਲਟੇਜ। ਸੋ ਪਹਿਲਾ ਲੈਵਲ ਹੈ ਘੱਟ ਵੋਲਟੇਜ, ਯਾਨੀ ਕਿ ਲੋਅ ਵੋਲਟੇਜ। ਇਸ ਦੀ ਜਿਹੜੀ ਲੈਵਲ ਹੈ ਉਹ ਹਮੇਸ਼ਾ 250 ਵੋਲਟੇਜ ਤੋਂ ਘੱਟ, ਯਾਨੀ ਕਿ ਜਿਹੜੀਆਂ 250 ਤੋਂ ਘੱਟ ਵੋਲਟੇਜ ਹੈ ਉਹ ਸਾਰੀਆਂ ਲੋਅ ਵੋਲਟੇਜ ਕੈਟਾਗਰੀ ਦੇ ਵਿੱਚ ਆ ਜਾਂਦੀਆਂ ਨੇ। ਨੈਕਸਟ ਲੈਵਲ ਹੈ ਦਰਮਿਆਨੀ ਵੋਲਟੇਜ, ਯਾਨੀ ਕਿ ਮੀਡੀਅਮ ਵੋਲਟੇਜ। ਜਿਹੜੀ ਮੀਡੀਅਮ ਵੋਲਟੇਜ ਦੀ ਰੇਂਜ ਹੈ ਇਹ 250 ਵੋਲਟੇਜ ਤੋਂ ਵੱਧ ਅਤੇ 650 ਵੋਲਟੇਜ ਤੋਂ ਘੱਟ, ਜਿਹੜੀ ਇਹ ਰੇਂਜ ਆ ਜਾਂਦੀ ਹੈ 250 ਵੋਲਟੇਜ ਤੋਂ ਵੱਧ ਔਰ 650 ਵੋਲਟੇਜ ਤੋਂ ਘੱਟ ਜਿਹੜੀ ਰੇਂਜ ਹੈ ਵੋਲਟੇਜ ਦੀ, ਉਸਨੂੰ ਅਸੀਂ ਦਰਮਿਆਨੀ ਵੋਲਟੇਜ ਜਾਂ ਮੀਡੀਅਮ ਵੋਲਟੇਜ ਕਹਿ ਦਿੰਦੇ ਹਾਂ। ਨੈਕਸਟ ਲੈਵਲ ਹੈ ਹਾਈ ਵੋਲਟੇਜ, ਹਾਈ ਵੋਲਟੇਜ ਜਿਹਨੂੰ ਐਚ ਵੀ ਕਹਿ ਦਿੰਦੇ ਹਾਂ। ਇਸ ਦੀ ਜਿਹੜੀ ਰੇਂਜ ਹੈ ਉਹ ਮੀਡੀਅਮ ਵੋਲਟੇਜ ਤੋਂ ਵੱਧ, ਯਾਨੀ ਕਿ 650 ਵੋਲਟੇਜ ਤੋਂ ਵੱਧ ਅਤੇ 33 kV ਤੱਕ ਜਿਹੜਾ ਰੇਂਜ ਹੈ ਉਸਨੂੰ ਅਸੀਂ ਹਾਈ ਵੋਲਟੇਜ ਕੈਟਾਗਰੀ ਦੇ ਵਿੱਚ ਗਿਣਦੇ ਹਾਂ। ਮੀਡੀਅਮ ਵੋਲਟੇਜ ਯਾਨੀ ਕਿ 650 ਵੋਲਟੇਜ ਤੋਂ ਵੱਧ ਔਰ 33 kV ਤੱਕ ਜਿਹੜੀ ਵੋਲਟੇਜ ਹੈ ਉਸਨੂੰ ਹਾਈ ਵੋਲਟੇਜ ਦੇ ਵਿੱਚ ਗਿਣਿਆ ਜਾਂਦਾ। ਨੈਕਸਟ ਲੈਵਲ ਹੈ ਐਕਸਟਰਾ ਹਾਈ ਵੋਲਟੇਜ, ਜਿਸਨੂੰ ਅਸੀਂ ਈ ਐੱਚ ਵੀ ਕਹਿ ਦਿੰਦੇ ਹਾਂ। ਐਕਸਟਰਾ ਹਾਈ ਵੋਲਟੇਜ ਜਿਹੜੀ ਰੇਂਜ ਹੈ ਉਹ 33,000 ਵੋਲਟੇਜ, ਯਾਨੀ ਕਿ 33 kV ਤੋਂ ਜਿਹੜੀ ਵੱਧ ਵੋਲਟੇਜ ਹੈ ਉਸਨੂੰ ਅਸੀਂ ਐਕਸਟਰਾ ਹਾਈ ਵੋਲਟੇਜ ਕੈਟਾਗਰੀ ਦੇ ਵਿੱਚ ਗਿਣਦੇ ਹਾਂ। ਸੋ ਇੰਡੀਅਨ ਇਲੈਕਟ੍ਰੀਸਿਟੀ ਜਿਹੜੇ ਰੂਲ ਨੇ ਇਸ ਦੇ ਮੁਤਾਬਕ ਜਿਹੜੀ ਘੱਟ ਵੋਲਟੇਜ ਜਿਹਨੂੰ ਲੋਅ ਵੋਲਟੇਜ ਕਹਿ ਦਿੰਦੇ ਹਾਂ ਇਹ 250 ਵੋਲਟੇਜ ਤੋਂ ਘੱਟ ਆ ਜਾਂਦੀ ਹੈ, ਔਰ 250 ਵੋਲਟੇਜ ਤੋਂ ਵੱਧ ਔਰ 650 ਵੋਲਟੇਜ ਤੋਂ ਘੱਟ ਹੈ ਉਹ ਦਰਮਿਆਨੀ ਵੋਲਟੇਜ ਯਾਨੀ ਕਿ ਮੀਡੀਅਮ ਵੋਲਟੇਜ, ਔਰ ਤੀਸਰਾ ਹੈਗਾ ਹਾਈ ਵੋਲਟੇਜ ਜਿਸਨੂੰ ਦਰਮਿਆਨੀ ਵੋਲਟੇਜ 650 ਤੋਂ ਵੱਧ ਔਰ 33 kV ਤੱਕ ਜਿਹੜੀ ਵੋਲਟੇਜ ਹੈ ਉਸਨੂੰ ਹਾਈ ਵੋਲਟੇਜ ਦੀ ਕੈਟਾਗਰੀ ਵਿੱਚ ਰੱਖਿਆ ਜਾਂਦਾ, ਔਰ ਲਾਸਟ ਜਿਹੜਾ ਐਕਸਟਰਾ ਹਾਈ ਵੋਲਟੇਜ ਹੈ ਉਸਨੂੰ 33 kV ਤੋਂ ਵੱਧ ਹੈ ਇਸ ਕੈਟਾਗਰੀ ਨੂੰ ਅਸੀਂ ਐਕਸਟਰਾ ਹਾਈ ਵੋਲਟੇਜ ਦੇ ਵਿੱਚ ਇਸ ਰੇਂਜ ਨੂੰ ਰੱਖਦੇ ਹੈਗੇ ਹਾਂ। ਸੋ ਇਹ ਅਲੱਗ ਅਲੱਗ ਲੈਵਲ ਸੀਗੇ ਵੋਲਟੇਜ ਦੇ ਜਿਹੜੇ ਇੰਡੀਅਨ ਇਲੈਕਟ੍ਰੀਸਿਟੀ ਰੂਲ ਦੇ ਮੁਤਾਬਕ ਵੰਡੇ ਗਏ ਆ, ਔਰ ਤੁਹਾਡੇ ਜਿਹੜੇ ਐਗਜ਼ਾਮ ਦੇ ਵਿੱਚ ਇਸ ਤਰ੍ਹਾਂ ਦੇ ਕੁਐਸਚਨ ਵੀ ਆ ਜਾਂਦੇ ਹੈਗੇ ਆ। ਸੋ ਵੀਡੀਓ ਨੂੰ ਲਾਸਟ ਤੱਕ ਵੇਖਣ ਲਈ ਥੈਂਕ ਯੂ ਵੈਰੀ ਮੱਚ।